ਸਲਾਮ ਅਲੈਕਮ, ਮੈਂ ਨਦੀਮ। ਅੱਜ ਤਾਂ ਪਹਿਚਾਣਿਆ ਨਹੀਂ ਜਾਵਾਂਗਾ। ਆਹ ਵੇਖੋ, ਨਈ ਨਈ ਸ਼ਰਟ ਲਏ ਸ਼ਾਪਿੰਗ ਮਾਲ ਤੋਂ। ਇੰਨਾ ਵੱਡਾ ਸ਼ਾਪਿੰਗ ਮਾਲ ਮੈਂ ਤਾਂ ਗਵਾ 'ਚ ਗਿਆ ਸੀ। ਹਾਂ, $50 ਦਾ ਮਤਲਬ ਹਾਂ 5,000 ਰੁਪਏ। ਹੁਣ ਤਾਂ ਮੈਂ ਉੱਚਾ ਬੰਦਾ ਹੋ ਗਿਆ, ਥੋੜ੍ਹੀ ਜਿਹੀ ਰਿਸਪੈਕਟ ਦਿਓ ਮੈਨੂੰ। ਥੋੜ੍ਹੀ ਜਿਹੀ ਵੀ ਨਾ, ਬਹੁਤੀ ਨਾ ਦੇਣਾ। ਹੈਲੋ ਜੀ, ਮੈਂ ਗੁਲਾਬੋ। ਪਛਾਣ ਲਿਆ ਨਾ ਤੁਸੀਂ ਇਹਨੂੰ? ਹੋਏ ਕਿ ਤੁਸੀਂ ਐਨਕ ਅਤੇ ਪੁਰਾਣੇ ਮੈਨੂੰ ਕਹੋ ਕੌਣ ਗੁਲਾਬੋ? ਲੈ, ਮੇਰਾ ਦਿਲ ਟੁੱਟ ਜਾਣਾ। ਇਹਨਾਂ ਮੈਨੂੰ ਅੱਜ ਨਾ ਮੈਂ ਸ਼ਾਪਿੰਗ ਕਰਨ ਗਈ ਸੀ, ਇੰਨੀਆਂ ਵੱਡੀਆਂ ਵੱਡੀਆਂ ਦੁਕਾਨਾਂ, ਇੰਨੀਆਂ ਪਿਆਰੀਆਂ ਪਿਆਰੀਆਂ ਸੋਹਣੀਆਂ ਸੋਹਣੀਆਂ ਦੁਕਾਨਾਂ, ਸਾਡੇ ਪਿੰਡ 'ਚ ਕੁਛ ਵੀ ਨਹੀਂ ਹੈਗਾ। ਲੈ, ਛੋਟੀਆਂ ਛੋਟੀਆਂ ਦੁਕਾਨਾਂ ਤੇ ਮੱਖੀਆਂ ਨਾਲ ਭਰੀਆਂ ਹੀ ਪਰ ਨਾ ਬੇਆਈ ਦੌਰ ਦਾ। ਉੱਥੇ ਨਾ ਜਿਹੜੀਆਂ ਨਾ ਉਹ ਆਂਟੀਆਂ ਖੜੀਆਂ ਨਾ, ਛੋਟੇ ਛੋਟੇ ਕੱਪੜੇ ਨਿੱਕਰਾਂ ਨਿੱਕਰਾਂ ਪਾ ਕੇ ਖਲੋਤੀਆਂ, ਤੇ ਮੈਂ ਤੇ ਨਾ ਆਪਣੀਆਂ ਅੱਖਾਂ ਹੀ ਬੰਦ ਕਰ ਲਈਆਂ। ਉਹਨਾਂ ਨੂੰ ਸਟੈਚੂ ਕਹੀਦਾ, ਕਿਸੇ ਹੋਰ ਨਾ ਆਂਟੀ ਸਮਝਣਾ ਨਾ ਤੁਸੀਂ, ਤੇ ਮੇਰੇ ਪਿੱਛੇ ਪੈ ਜਾਓ। ਕਿਹੜੀਆਂ ਆਂਟੀਆਂ, ਤੁਹਾਡਾ ਪਤਾ ਵੀ ਕੋਈ ਨਹੀਂ ਜੀ। ਨਾ ਇੱਕ ਗੱਲ ਦੱਸਾਂ, ਇੱਕ ਗੱਲ ਮੈਨੂੰ ਬੜੀ ਚੰਗੀ ਲੱਗੀ। ਇਹਨਾਂ ਇੱਥੇ ਨਾ ਕੋਈ ਕਿਸੇ ਵੱਲ ਵੇਖਦਾ ਹੀ ਨਹੀਂ, ਅਤੇ ਆਪਣੇ ਕੰਮ ਨਾਲ ਕੰਮ ਰੱਖੀਦਾ। ਅਤੇ ਸਾਡੇ ਪਿੰਡ 'ਤੇ ਨਾ ਕੁੜੀਆਂ ਬਾਜ਼ਾਰ ਚੱਲ ਜਾਣ। ਲੈ, ਅਤੇ ਦੁਕਾਨਦਾਰ ਪਤਾ ਕੀ ਕਹਿੰਦੇ ਨੇ ਦੀ? ਕਹਿੰਦੇ ਸੁਭਾਨ ਅੱਲਾ, ਮਾਸ਼ਾਅੱਲਾ, ਗੁੜੀਆ ਇੱਥੇ ਆਓ, ਗੁੜੀਆ ਤੂੰ ਕਿੰਨੀ ਸੋਹਣੀ ਲੱਗਦੀ, ਆਪਣੀ ਅੰਮੀ ਨੂੰ ਲੈ ਕੇ ਆ। ਅਤੇ ਇੱਕ ਬੰਦਾ ਕਹਿੰਦਾ ਡਿੱਗ ਗਏ ਵੀ ਡਿੱਗ ਗਏ। ਮੈਂ ਕਿਹਾ ਕੀ ਡਿੱਗ ਗਏ ਭਾਈ? ਤੂੰ ਕਹਿੰਦਾ ਕੱਪੜਿਆਂ ਦੇ ਰੇਟ ਕੇ ਡਿੱਗ ਗਏ। ਸਾਡੇ ਤਿੰਨ ਇੰਜ ਦੇ ਦੁਕਾਨਦਾਰ ਹੁੰਦੇ, ਅਤੇ ਇੱਥੇ ਵੈਲਕਮ, ਗੁੱਡ ਮਾਰਨਿੰਗ ਮੈਮ, ਇੰਜ ਕਹਿੰਦੇ ਸਾਰੇ। ਤਰੱਕੀ ਕਰ ਗਿਆ ਨਾ ਮੁਲਕ, ਇੰਨੇ ਨੱਖਾ ਆਪਣੇ ਸਾਡੇ ਦੁਕਾਨਦਾਰ ਨਾ ਭਲਾ। ਤੁਸੀਂ ਗੈਰਤ ਖਾਓ, ਬਗੈਰ ਤੋਂ ਤੁਹਾਡੀਆਂ ਭੈਣਾਂ ਨਹੀਂ ਹੈਗੀਆਂ, ਤੁਹਾਡੀ ਮਾਂ ਨਹੀਂ ਹੈਗੀ, ਉਹਨਾਂ ਨੂੰ ਕਹੋ ਆ ਜਾਓ ਜੀ, ਆ ਜਾਓ ਗੁੜੀਆ, ਸੋਹਣੀ ਵੀ ਨਹੀਂ ਲੱਗਦੀ, ਸੁਭਾਨ ਅੱਲਾ, ਮਾਸ਼ਾਅੱਲਾ, ਜਿਹੜੇ ਅਰਬੀ ਦੇ ਲਫ਼ਜ਼ ਨਾ ਇਹਨਾਂ ਨੂੰ ਨਾ ਸਾਨੂੰ ਹੀ ਵੇਖ ਕੇ ਆਉਂਦੇ। ਉੱਥੇ ਬੇਸ਼ੱਕ ਤੁਸੀਂ ਅਰਬੀ ਪੜ੍ਹੀ ਹੋਏ ਨਾ ਪੜ੍ਹੀ ਹੋਏ, ਅਤੇ ਤੁਸੀਂ ਨਾ ਇੰਜ ਨਾ ਕਰਨਾ ਜੇ ਤੁਸੀਂ ਮੈਨੂੰ ਵੇਖਦੇ ਪਏ ਹੋ। ਗੁਲਾਬੋ ਦੇ ਫੈਨ ਹੋ ਨਾ ਤੁਸੀਂ, ਇੰਜ ਨਾ ਕਰਨਾ, ਗੁਲਾਬਾਂ ਦਾ ਨਾਂ ਨਾ ਡਪੋਣਾ। ਓਕੇ, ਚੰਗਾ। ਹਾਂਜੀ, ਇੱਕ ਹੋਰ ਗੱਲ, ਮੇਰੇ ਚੈਨਲ ਨੂੰ ਲਾਇਕ ਕਰੋ, ਸਬਸਕ੍ਰਾਈਬ ਵੀ ਕਰੋ ਅਤੇ ਸ਼ੇਅਰ ਵੀ ਕਰੋ, ਚੰਗਾ? ਆਪਣਾ ਖਿਆਲ ਰੱਖਣਾ।